ਇੱਕ ਸ਼ਾਇਰ ਦਾ ਕਥਨ ਹੈ, ਗੁਰੂ ਸਿੱਖ ਜੋਗਾ ਸਿੱਖ ਗੁਰੂ ਜੋਗਾ, ਜੋਗੇ ਆਪਣੇ ਦੀ ਜਾਣੀ ਜਾਣ ਰੱਖੇ, ਮਹਾਂ ਸਿੰਘ ਦਾ ਵੀ ਮਹਾਰਾਜ ਮੇਰਾ, ਵੇਲੇ ਅੰਤ ਦੇ ਪਹੁੰਚ ਕੇ ਮਾਣ ਰੱਖੇ, ਨਵੀਂ ਆਈ ਬੰਦੂਕ ਦੀ ਪਰਖ ਵੇਲੇ, ਸਿੱਖ ਉਹ ਜਿਹੜਾ ਛਾਤੀ ਤਾਣ ਰੱਖੇ, ਉਹ ਜਿਹੜਾ ਮਾਣ ਰੱਖੇ ਬਾਜਾ ਵਾਲਣੇ ਤੇ, ਬਾਜਾ ਵਾਲਾ ਵੀ ਉਹਦਾ ਮਾਣ ਰੱਖੇ। ਇਤਿਹਾਸ ਵਿੱਚ ਜ਼ਿਕਰ ਆਉਂਦਾ, ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਪੁਰਸ਼ ਪਾਕਿਸਤਾਨ ਵਿੱਚ ਮਿਲਟਰੀ ਵਿੱਚ ਸਰਵਿਸ ਕਰਿਆ ਕਰਦੇ ਸਨ। ਗੋਰਿਆਂ ਦੇ ਸਮੇਂ ਜਿਸ ਵੇਲੇ ਅੰਗਰੇਜ਼ਾਂ ਦਾ ਰਾਜ ਸੀ, ਅੰਗਰੇਜ਼ਾਂ ਦੇ ਰਾਜ ਵਿੱਚ ਬਾਬਾ ਕਰਮ ਸਿੰਘ ਨੌਕਰੀ ਵੀ ਕਰਦੇ ਸਨ ਤੇ ਨਾਲ ਭਗਤੀ ਵੀ ਕਰਦੇ ਸਨ, ਪਰ ਕਿਸੇ ਨੂੰ ਦੱਸਦੇ ਨਹੀਂ ਸਨ। ਰੋਜ਼ ਭਗਤੀ ਕਰਦੇ ਸਨ ਤੇ ਕਦੀ ਕਦੀ ਡਿਊਟੀ ਤੋਂ ਲੇਟ ਵੀ ਹੋ ਜਾਂਦੇ ਸਨ। ਤੇ ਜਿਹੜੇ ਬਾਬਾ ਕਰਮ ਸਿੰਘ ਦੇ ਕੁਝ ਦੁਖੀ ਸਨ, ਈਰਖਾ ਕਰਦੇ ਸਨ, ਉਹਨਾਂ ਨੇ ਗੋਰੇ ਅਫਸਰ ਕੋਲ ਸ਼ਿਕਾਇਤ ਕੀਤੀ ਕਿ ਕਰਮ ਸਿੰਘ ਡਿਊਟੀ ਨਹੀਂ ਪੂਰੀ ਦਿੰਦਾ। ਸ਼ਿਕਾਇਤਾਂ ਰੋਜ਼ ਹੁੰਦੀਆਂ ਗਈਆਂ। ਇੱਕ ਦਿਨ ਗੋਰਾ ਅਫਸਰ ਕਹਿਣ ਲੱਗਾ, ਅੱਜ ਰਾਤੀ ਮੈਂ ਆਪ ਚੈੱਕ ਕਰਾਂਗਾ। ਔਰ ਕੁਦਰਤੀ ਹੋਇਆ ਕਿ ਅੱਜ ਡਿਊਟੀ ਵੀ ਬਾਬਾ ਕਰਮ ਸਿੰਘ ਦੀ ਰਾਤ ਦੀ ਸੀ। ਇੱਧਰ ਬਾਬਾ ਜੀ ਰੋਜ਼ ਦੀ ਤਰ੍ਹਾਂ ਬੰਦਗੀ ਕਰਨ ਬੈਠੇ, ਐਸਾ ਕਲਗੀਆਂ ਵਾਲੇ ਦੇ ਚਰਨਾਂ ਨਾਲ ਮਨ ਜੁੜਿਆ ਕਿ ਅੱਜ ਸੱਚਮੁੱਚ ਹੀ ਡਿਊਟੀ ਭੁੱਲ ਗਈ। ਉੱਧਰ ਡਿਊਟੀ ਦਾ ਟਾਈਮ ਹੋ ਗਿਆ, ਖਿਆਲ ਹੀ ਨਹੀਂ ਰਿਹਾ ਕਿ ਮੈਂ ਡਿਊਟੀ ਵੀ ਕਰਨੀ ਏ, ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦਾ ਧਿਆਨ ਹੈ, ਸਭ ਕੁਛ ਭੁੱਲ ਗਏ। ਤੇ ਕਲਗੀਆਂ ਵਾਲੇ ਨੇ ਦੇਖਿਆ ਬਈ ਮੇਰਾ ਸਿੱਖ ਤੇ ਜੁੜਿਆ ਹੋਇਆ, ਆਖੋ ਸਤਨਾਮ ਸ੍ਰੀ। ਹੁਣ ਆਪਣੇ ਪਿਆਰੇ ਦੀ ਲਾਜ ਤੇ ਰੱਖਣੀ ਏ। ਤੇ ਸਤ ਸੰਗਤ, ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਸੰਤ ਬਾਬਾ ਕਰਮ ਸਿੰਘ ਦਾ ਰੂਪ ਧਾਰ ਲਿਆ ਤੇ ਜਿੱਥੇ ਡਿਊਟੀ ਦੇਣੀ ਸੀ ਨਾ ਉੱਥੇ ਜਾ ਕੇ ਖਲੋ ਗਏ। ਆਪਾਂ ਕਈ ਵਾਰੀ ਪੰਕਤੀ ਪੜ੍ਹਦੇ ਆ ਨਾ, ਜਪੋ ਸਾਰੇ ਆਪਣੇ ਸੇਵਕ ਕੀ ਆਪੇ ਰਾਖੇ, ਆਪੇ ਨਾਮ ਜਪਾਵੇ, ਜੇ ਜੇ ਕਾਜ ਗਿਰਤ ਸੇਵਕ ਕੀ, ਤਹਾਂ ਤਹਾਂ ਉੱਠਦਾ ਵੇ, ਸੇਵਕ ਕੋ ਨਿਕਟੀ ਹੋਏ ਦਿਖਾਵੇ। ਉੱਧਰ ਗੋਰਾ ਅਫਸਰ ਰਾਉਂਡ ਤੇ ਨਿਕਲਿਆ ਚੈਕਿੰਗ ਵਾਸਤੇ, ਤੇ ਜਿੱਥੇ ਬਾਬਾ ਕਰਮ ਸਿੰਘ ਡਿਊਟੀ ਦਿੰਦੇ ਸਨ ਉੱਥੇ ਪਹੁੰਚਿਆ ਤੇ ਕੀ ਦੇਖਦੇ, ਅੱਗੇ ਬਾਬਾ ਕਰਮ ਸਿੰਘ ਜੀ ਖਲੋਤੇ ਹੋਏ ਨੇ। ਬਾਬਾ ਜੀ ਨੇ ਸਲਿਊਟ ਵੀ ਕੀਤਾ, ਗੋਰਾ ਅਫਸਰ ਦੇਖ ਕੇ ਚਲਾ ਗਿਆ। ਤੇ ਜਿਸ ਵੇਲੇ ਸਵੇਰੇ ਬਾਬਾ ਕਰਮ ਸਿੰਘ ਜੀ ਦੀ ਬਿਰਤੀ ਖੁੱਲੀ ਤਾਂ ਖਿਆਲ ਆਇਆ ਬਈ ਮੈਂ ਰਾਤ ਡਿਊਟੀ ਦੇਣ ਨਹੀਂ ਗਿਆ। ਸੱਚੇ ਸਨ ਨਾ, ਮਨ ਵਿੱਚ ਕੋਈ ਛਲ ਫਰੇਬ ਨਹੀਂ, ਆਪ ਜਾ ਕੇ ਹਾਜ਼ਰ ਹੋ ਗਏ ਤੇ ਗੋਰੇ ਅਫਸਰ ਨੂੰ ਜਾ ਕੇ ਕਹਿੰਦੇ ਨੇ ਕਿ ਮਿਲਟਰੀ ਦਾ ਨਿਯਮ ਹੈ, ਜਿਹੜਾ ਡਿਊਟੀ ਤੇ ਨਾ ਪਹੁੰਚੇ ਉਹਨੂੰ ਸਜ਼ਾ ਦਿੱਤੀ ਜਾਂਦੀ ਏ, ਮੈਨੂੰ ਸਜ਼ਾ ਦਿਓ ਕਿਉਂਕਿ ਰਾਤੀ ਮੈਂ ਡਿਊਟੀ ਨਹੀਂ ਦਿੱਤੀ। ਤੇ ਗੋਰਾ ਅਫਸਰ ਕਹਿਣ ਲੱਗਾ, ਕਰਮ ਸਿੰਘ ਇਹ ਕਿਵੇਂ ਹੋ ਸਕਦਾ, ਤੂੰ ਤੇ ਡਿਊਟੀ ਤੇ ਹਾਜ਼ਰ ਸੀ, ਤੇਰੀ ਸ਼ਿਕਾਇਤ ਹੋਈ ਸੀ ਕਿ ਤੂੰ ਡਿਊਟੀ ਤੇ ਨਹੀਂ ਆਉਂਦਾ,
ਰਾਤੀ ਮੈਂ ਆਪ ਚੈਕਿੰਗ ਕਰਨ ਆਇਆ ਸਾਂ, ਤੂੰ ਡਿਊਟੀ ਤੇ ਹਾਜ਼ਰ ਸੀ, ਤੂੰ ਮੈਨੂੰ ਸਲਿਊਟ ਵੀ ਕੀਤੇ। ਪਰ ਕਰਮ ਸਿੰਘ ਇੱਕ ਗੱਲ ਬੜੀ ਅਜੀਬ ਸੀ, ਰਾਤ ਦਾ ਸਮਾਂ ਸੀ, ਹਨੇਰਾ ਸੀ, ਰੋਸ਼ਨੀ ਦਾ ਇੰਤਜ਼ਾਮ ਤੇ ਸੀ ਪਰ ਇਤਨਾ ਨਹੀਂ ਸੀ। ਮੈਂ ਇਸ ਗੱਲ ਤੋਂ ਹੈਰਾਨ ਹਾਂ, ਜਦੋਂ ਮੈਂ ਉੱਥੇ ਪਹੁੰਚਿਆ ਜਿੱਥੇ ਤੂੰ ਡਿਊਟੀ ਦੇਣੇ, ਤੂੰ ਜਿਸ ਵੇਲੇ ਮੈਨੂੰ ਸਲਿਊਟ ਮਾਰਿਆ, ਮੈਂ ਤੇਰੇ ਮੂੰਹ ਵੱਲ ਦੇਖਿਆ, ਤੇਰੇ ਚਿਹਰੇ ਤੇ ਬੜਾ ਨੂਰ ਸੀ। ਮੈਨੂੰ ਅੰਦਰੋਂ ਇੱਕ ਅਨੋਖਾ ਜਿਹਾ ਸੁੱਖ ਮਹਿਸੂਸ ਹੋਇਆ, ਇੱਕ ਚਰਨਾ ਹੱਟ ਜੀ ਛਿਣੀ ਪਰ ਮੈਨੂੰ ਸਮਝ ਨਹੀਂ ਆਈ। ਮੈਂ ਘਰ ਤੇ ਆ ਗਿਆ ਆਪਣੇ ਕੁਆਟਰ ਵਿੱਚ, ਪਰ ਮੈਂ ਸੋਚਦਾ ਆਇਆ ਵੀ ਇਤਨਾ ਨੂਰ ਕਦੀ ਕਿਸੇ ਬੰਦੇ ਦੇ ਚਿਹਰੇ ਤੇ ਦੇਖਿਆ ਨਹੀਂ। ਗੋਰਾ ਅਫਸਰ ਇਹ ਗੱਲ ਕਹਿ ਰਿਹਾ ਤੇ ਕੋਲ ਖਲੋਤੇ ਬਾਬਾ ਕਰਮ ਸਿੰਘ ਜ਼ਾਰੋ ਜ਼ਾਰ ਰੋਈ ਜਾਂਦੇ ਹਨ। ਤੇ ਗੋਰਾ ਅਫਸਰ ਪੁੱਛਦੇ ਬਾਬਾ ਕਰਮ ਸਿੰਘ ਨੂੰ, ਕਰਮ ਸਿੰਘ ਕੀ ਹੋਇਆ, ਤੈਨੂੰ ਰੋ ਕਿਉਂ ਰਿਹਾ? ਤੇ ਬਾਬਾ ਕਰਮ ਸਿੰਘ ਕਹਿਣ ਲੱਗੇ, ਸਾਹਿਬ ਜੀ ਮੈਂ ਸੱਚਮੁੱਚ ਨਹੀਂ ਆਇਆ, ਅਗਰ ਫਿਰ ਵੀ ਮੈਂ ਆਇਆ, ਉੱਥੇ ਡਿਊਟੀ ਦਿੱਤੀ ਏ, ਤੁਹਾਨੂੰ ਸਲਿਊਟ ਕੀਤਾ ਏ, ਤਾਂ ਫਿਰ ਉਹ ਆਇਆ ਸੀ ਜਿਹਦੇ ਚਰਨਾਂ ਨਾਲ ਮੈਂ ਜੁੜਿਆ ਸਾਂ। ਉਹ ਮੇਰਾ ਕਲਗੀਆਂ ਵਾਲਾ ਮੇਰੇ ਬਦਲੇ ਮੇਰੀ ਡਿਊਟੀ ਕਰਕੇ ਗਏ। ਉਹ ਸ਼ਾਹਾਂ ਦਾ ਸ਼ਾਹ, ਅਰਸ਼ਾਂ ਦਾ ਮਾਲਕ ਮੇਰੇ ਬਦਲੇ ਤੈਨੂੰ ਸਲਿਊਟ ਕਰਕੇ ਗਏ ਕਿ ਕਿਧਰੇ ਤੂੰ ਉਹਦੇ ਸਿੱਖ ਨੂੰ ਸਜ਼ਾ ਨਾ ਦੇਵੇਂ। ਉਹ ਆਪਣੇ ਸੇਵਕਾਂ ਦੀ ਲਾਜ ਰੱਖਦੇ, ਜਿਹੜਾ ਤੂੰ ਕਹਿੰਦੇ ਨਾ ਤੇਰੇ ਚਿਹਰੇ ਤੇ ਨੂਰ ਬੜਾ ਸੀ, ਉਹ ਮੈਂ ਨਹੀਂ ਸੀ, ਉਹ ਮੇਰਾ ਕਲਗੀਆਂ ਵਾਲਾ ਸੀ, ਤੇ ਹੁਣ ਮੈਂ ਤੇਰੀ ਡਿਊਟੀ ਨਹੀਂ ਕਰਨੀ। ਤੇ ਗੋਰਾ ਅਫਸਰ ਕਹਿਣ ਲੱਗਾ, ਕਰਮ ਸਿੰਘ ਤੁਹਾਨੂੰ ਭਗਤੀ ਤੋਂ ਨਹੀਂ ਰੋਕਦੇ, ਕਿਉਂਕਿ ਨੇਕ ਬੰਦਿਆਂ ਦੀ ਲੋੜ ਹੈ, ਭਗਤੀ ਵੀ ਕਰੀ ਜਾਓ ਤੇ ਨਾਲ ਡਿਊਟੀ ਵੀ ਕਰੀ ਜਾਓ। ਪਰ ਸਤ ਸੰਗਤ ਬਾਬਾ ਕਰਮ ਸਿੰਘ ਇਤਨੇ ਬੈਰਾਗੀ ਹੋ ਚੁੱਕੇ ਸਨ, ਕਹਿਣ ਲੱਗੇ ਹੁਣ ਨਹੀਂ, ਹੁਣ ਇਹ ਜੀਵਨ ਸਿਰਫ ਕਲਗੀਆਂ ਵਾਲੇ ਦੇ ਲੇਖੇ ਲਗਾਣੇ। ਤੇ ਗੋਰਾ ਅਫਸਰ ਕਹਿਣ ਲੱਗਾ, ਕਰਮ ਸਿੰਘ ਮਿਲਟਰੀ ਦੇ ਕੁਛ ਨਿਯਮ ਨੇ, ਐਵੇਂ ਕੋਈ ਨੌਕਰੀ ਛੱਡ ਕੇ ਨਹੀਂ ਜਾ ਸਕਦਾ। ਪਰ ਸਤ ਸੰਗਤ ਬਾਬਾ ਕਰਮ ਸਿੰਘ ਇਤਨੇ ਬੈਰਾਗੀ ਹੋ ਚੁੱਕੇ ਸਨ, ਗੁਰੂ ਦੇ ਰੰਗ ਵਿੱਚ ਰੰਗੇ ਹੋਏ, ਕਹਿਣ ਲੱਗੇ ਓਏ ਸਾਡਾ ਤੇ ਨਾਂ ਹੀ ਨਹੀਂ ਹੈਗਾ ਤੁਹਾਡੇ ਰਜਿਸਟਰ ਵਿੱਚ। ਔਰ ਇਹ ਇਤਿਹਾਸਕ ਸੱਚਾਈ ਹੈ ਸਤ ਸੰਗਤ, ਜਦੋਂ ਗੋਰੇ ਅਫਸਰ ਨੇ ਰਜਿਸਟਰ ਚੈੱਕ ਕੀਤਾ ਤੇ ਵਾਕਈ ਉੱਥੇ ਬਾਬਾ ਕਰਮ ਸਿੰਘ ਜੀ ਦਾ ਨਾਂ ਨਹੀਂ ਸੀ। ਬਕਾਇਦਾ ਸਾਰਾ ਰਜਿਸਟਰ ਦੇਖਿਆ ਗਿਆ, ਉਹ ਖਾਨਾ ਹੀ ਖਾਲੀ ਸੀ ਜਿੱਥੇ ਬਾਬਾ ਜੀ ਦਾ ਨਾਂ ਲਿਖਿਆ ਹੋਇਆ ਸੀ। ਇਹ ਪ੍ਰਤੱਖ ਨਜ਼ਾਰੇ ਨੇ, ਇਹ ਉਹਨਾਂ ਦੇ ਜੀਵਨ ਹਨ ਜਿਨ੍ਹਾਂ ਨੇ ਬੰਦਗੀ ਕੀਤੀ ਔਰ ਸਤਿਗੁਰ ਨੂੰ ਪਾਇਆ। ਸ਼ਾਇਰ ਕਹਿੰਦੇ, ਉਹ ਬਗੀਚਾ ਵੀ ਕਾਹਦਾ ਬਗੀਚਾ ਜਿਹਦੇ ਅੰਦਰ ਕੋਈ ਫੁਹਾਰਾ ਨਾ ਹੋਵੇ, ਉਹ ਕਹਾਣੀ ਵੀ ਕਾਹਦੀ ਕਹਾਣੀ ਜਿਹਦਾ ਕੋਈ ਅੱਗੋਂ ਹੁੰਗਾਰਾ ਨਾ ਹੋਵੇ, ਉਹ ਪੀਂਗ ਵੀ ਕਾਹਦੀ ਪੀਂਗ ਹੁੰਦੀ ਜਿਹਦਾ ਕੋਈ ਵਧੀਆ ਹੁਲਾਰਾ ਨਾ ਹੋਵੇ, ਉਹ ਕੌਮਾਂ ਕਦੇ ਤਰੱਕੀ ਨਹੀਂ ਕਰਦੀਆਂ ਜਿਨ੍ਹਾਂ ਦਾ ਉੱਚਾ ਜੈਕਾਰਾ ਨਾ ਹੋਵੇ। ਅੰਮ੍ਰਿਤ ਵੇਲੇ ਬੋਲਿਆ ਬਬ
ਪੀਹਾ ਅੰਮ੍ਰਿਤ ਵੇਲੇ ਬੋਲਿਆ ਸੰਗਤਾਂ ਬੈਠੀਆਂ ਨੇ ਤੋੜ ਤੱਕ ਗੁਰੂ ਦਰਬਾਰ ਭਰਿਆ ਹੋਇਆ। ਇੱਕ ਵਾਰੀ ਦਾਸ ਬੋਲਣਗੇ, ਇੱਕ ਵਾਰੀ ਸਾਰੀ ਸੰਗਤ ਹਾਜ਼ਰੀ ਲਗਵਾਓ ਔਰ ਆਪਣੇ ਆਪਣੇ ਵੱਲੋਂ ਸਾਰੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੋ ਜੀ। ਅੰਮ੍ਰਿਤ ਵੇਲੇ ਬੋਲਿਆ, ਅੰਮ੍ਰਿਤ ਵੇਲੇ
ਵੱਡਾ ਮਹੱਤਵ ਹੈ। ਸੰਗਤ ਨੂੰ ਹਮੇਸ਼ਾ ਆਪਣੇ ਤੋਂ ਵੱਡਾ ਸਮਝੋ। ਜਦੋਂ ਵੀ ਤੁਸੀਂ ਗੁਰਦੁਆਰੇ ਜਾਂ ਕਿਸੇ ਧਾਰਮਿਕ ਅਸਥਾਨ ਤੇ ਜਾਂਦੇ ਹੋ ਤੇ ਕਦੀ ਕਦੀ ਇੱਕ ਕੰਮ ਕਰ ਲਿਆ ਕਰੋ, ਉੱਥੇ ਜਾ ਕੇ ਝਾੜੂ ਫੇਰੋ, ਲੰਗਰ ਵਿੱਚ ਭਾਂਡੇ ਮਾਂਜੋ, ਸੰਗਤਾਂ ਦੇ ਜੋੜੇ ਝਾੜੋ। ਤੁਸੀਂ ਸੇਵਾ ਵਿੱਚ ਥੋੜੇ ਦਿਨ ਬਿਤਾ ਕੇ ਦੇਖੋ ਜਿਹੜੀ ਕਿਸਮਤ ਕਿਧਰੇ ਨਹੀਂ ਬਣਦੀ, ਉਹ ਕਿਸਮਤ ਸੇਵਾ ਨਾਲ ਬਣ ਜਾਂਦੀ ਹੈ। ਕਿਸਮਤ ਨੂੰ ਬਣਾਉਣ ਵਾਸਤੇ ਸੇਵਾ ਤੋਂ ਵੱਧ ਕੇ ਕੋਈ ਔਸ਼ਧ ਨਹੀਂ। ਇੱਕ ਗੱਲ ਯਾਦ ਰੱਖਣਾ ਸਤਸੰਗਤ, ਜਿਹੜਾ ਦਿਲੋਂ ਗੁਰੂ ਕੀ ਸੰਗਤ ਦੀ ਸੇਵਾ ਕਰਦਾ ਹੈ ਉਹਦੀ ਆਪਣੀ ਕਿਸਮਤ ਤੇ ਬਦਲਦੀ ਹੈ, ਉਹ ਆਪਣੇ ਪਰਿਵਾਰ ਦੀ ਵੀ ਕਿਸਮਤ ਤਾਰ ਦਿਆ ਕਰਦਾ ਹੈ। ਇਸ ਵਾਸਤੇ ਸੇਵਾ ਸਿਮਰਨ ਨੂੰ ਨਾ ਛੱਡੋ, ਆਪਣੇ ਨੇਮ ਨੂੰ ਨਿਭਾਓ, ਤੁਹਾਨੂੰ ਗੁਰੂ ਦੀ ਕਿਰਪਾ ਨਸੀਬ ਹੋਵੇਗੀ। ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ। ਇਤਿਹਾਸ ਵਿੱਚ ਜ਼ਿਕਰ ਆਉਂਦੇ ਗੋਇੰਦਵਾਲ ਸਾਹਿਬ ਦੇ ਨੇੜੇ ਇੱਕ ਸਿੱਖ ਰਹਿੰਦਾ ਸੀ ਜਿਹਦਾ ਨਾਮ ਇਤਿਹਾਸ ਵਿੱਚ ਭਾਈ ਲੰਗਾਹ ਲਿਖਿਆ। ਕਹਿੰਦੇ ਨੇ ਇਹਦੀ ਇੱਕ ਲੱਤ ਨਹੀਂ ਸੀ ਚੱਲਦੀ, ਲੱਤ ਸੁੱਕੀ ਸੀ। ਇਹਨੇ ਨੇਮ ਬਣਾਇਆ ਦਾਦਾ,
ਜਿੰਨੀ ਦੇਰ ਤੂੰ ਜ਼ਿੰਦਗੀ ਦਿੱਤੀ ਏ ਨਾ, ਮੈਂ ਰੋਜ਼ਾਨਾ ਘਰੋਂ ਦਹੀਂ ਜਮਾ ਕੇ ਤੁਹਾਡੇ ਵਾਸਤੇ ਲਿਆਇਆ ਕਰਾਂਗਾ। ਇਹਨੇ ਕੀ ਕਰਨਾ, ਲੱਕੜ ਦੀ ਵਿਸਾਖੀ ਦਾ ਸਹਾਰਾ ਲੈ ਕੇ ਗੁਰੂ ਅਮਰਦਾਸ ਮਹਾਰਾਜ ਵਾਸਤੇ ਰੋਜ਼ ਘਰੋਂ ਦਹੀਂ ਲਿਆਇਆ ਕਰਨਾ। ਜਿਸ ਵੇਲੇ ਗੁਰੂ ਅਮਰਦਾਸ ਜੀ ਮਹਾਰਾਜ ਪੰਗਤ ਵਿੱਚ ਬਹਿ ਕੇ ਓਂਗਰਾ ਛਕਦੇ ਸਨ, ਪ੍ਰਸ਼ਾਦਾ ਛਕਦੇ ਸਨ, ਇਹਨੇ ਦਹੀਂ ਲੈ ਕੇ ਆਣਾ ਤੇ ਮਹਾਰਾਜ ਇਹਦੀ ਭਾਵਨਾ ਦੇਖ ਕੇ ਥੋੜਾ ਜਿਹਾ ਦਹੀਂ ਲੈ ਲੈਂਦੇ ਸਨ। ਸਾਹਿਬ ਇਸ ਗੱਲ ਨੂੰ ਸਮਝਦੇ ਸਨ ਕਿ ਇਹਦੀ ਇੱਕ ਲੱਤ ਵੀ ਨਹੀਂ ਕੰਮ ਕਰਦੀ ਤਾਂ ਵੀ ਰੋਜ਼ ਨੇਮ ਨਾਲ ਆਉਂਦਾ। ਇਤਿਹਾਸ ਵਿੱਚ ਲਿਖਿਆ ਹੈ, ਇੱਕ ਦਿਨ ਇਹ ਰੋਜ਼ ਦੀ ਤਰ੍ਹਾਂ ਗੁਰੂ ਅਮਰਦਾਸ ਪਾਤਸ਼ਾਹ ਵਾਸਤੇ ਘਰੋਂ ਦਹੀਂ ਲੈ ਕੇ ਆ ਰਿਹਾ ਸੀ ਕਿ ਰਸਤੇ ਵਿੱਚ ਇਹਨੂੰ ਪਿੰਡ ਦੇ ਚੌਧਰੀ ਨੇ ਰੋਕ ਲਿਆ। ਕਹਿਣ ਲੱਗਾ, ਇਹ ਭਾਂਡਾ ਲੈ ਕੇ ਰੋਜ਼ ਕਿੱਥੇ ਜਾਂਦਾ? ਭਾਈ ਲੰਗਾ ਕਹਿਣ ਲੱਗੇ, ਧੰਨ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਵਿੱਚ। ਚੌਧਰੀ ਕਹਿਣ ਲੱਗਾ ਵੀ ਜਿਸ ਗੁਰੂ ਦੀ ਤੂੰ ਇੰਨੀ ਸੇਵਾ ਕਰਨਾ, ਤੈਨੂੰ ਮਿਲਿਆ ਕੀ ਹੈ ਉਹਦੇ ਦਰ ਤੋਂ? ਭਾਈ ਸਭ ਕਹਿਣ ਲੱਗੇ, ਮੈਂ ਕਦੀ ਸੋਚਿਆ ਹੀ ਨਹੀਂ ਕੀ ਮਿਲਿਆ ਕੀ ਨਹੀਂ ਮਿਲਿਆ। ਉਹਨਾਂ ਨੇ ਇਸ ਨਿਮਾਣੇ ਨੂੰ ਤਰੁੱਠ ਕੇ ਸੇਵਾ ਦੇ ਦਿੱਤੀ ਹੈ, ਇਸ ਤੋਂ ਵੱਡੀ ਗੱਲ ਕਿਹੜੀ ਹੈ? ਜਿਸ ਵੇਲੇ ਸਿੱਖ ਤੁਰਨ ਲੱਗਾ ਤੇ ਚੌਧਰੀ ਨੇ ਮਜ਼ਾਕ ਨਾਲ ਉਹਦੀ ਲੱਗੜ ਦੀ ਜਿਹੜੀ ਲੱਤ ਸੀ ਨਾ ਉਹ ਖੋਹ ਲਈ। ਭਾਈ ਸਭ ਕਹਿਣ ਲੱਗੇ, ਦੇਖ ਮੈਨੂੰ ਦੇਰੀ ਹੁੰਦੀ ਪਈ ਏ, ਗੁਰੂ ਸਾਹਿਬਾਂ ਨੇ ਲੰਗਰ ਛਕਣਾ, ਮੈਨੂੰ ਜਾਣ ਦੇ। ਉਧਰ ਗੋਇੰਦਵਾਲ ਸਾਹਿਬ, ਧੰਨ ਗੁਰੂ ਅਮਰਦਾਸ ਮਹਾਰਾਜ ਲੰਗਰ ਵਿੱਚ ਬੈਠੇ ਨੇ, ਸੰਗਤਾਂ ਵੀ ਬੈਠੀਆਂ ਨੇ, ਪਰ ਮਹਾਰਾਜ ਪ੍ਰਸ਼ਾਦਾ ਨਹੀਂ ਛਕ ਰਹੇ। ਨਜ਼ਦੀਕੀ ਸਿੱਖ ਭਾਈ ਵੱਲੋਂ ਪੁੱਛਦੇ, ਸੱਚੇ ਪਾਤਸ਼ਾਹ ਅੱਜ ਪ੍ਰਸ਼ਾਦਾ ਕਿਉਂ ਨਹੀਂ ਛਕ ਰਹੇ? ਸਾਹਿਬ ਕਹਿੰਦੇ ਨੇ, ਭਾਈ ਵੱਲੋਂ ਅੱਜ ਉਹ ਦਹੀਂ ਵਾਲਾ ਸਿੱਖ ਨਹੀਂ ਆਇਆ। ਕਹਿਣ ਲੱਗਾ, ਨਹੀਂ ਮਹਾਰਾਜ, ਆਪ ਜੀ ਪ੍ਰਸ਼ਾਦਾ ਛਕੋ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਭਾਈ ਬੱਲੂ ਉਹ ਰੋਜ਼ ਦਾ ਨੇਮੀ ਏ, ਕਿਧਰੇ ਉਹਦਾ ਨੇਮ ਨਾ ਟੁੱਟ ਜਾਵੇ, ਅਸੀਂ ਉਹਦਾ ਇੰਤਜ਼ਾਰ ਕਰਾਂਗੇ। ਉੱਧਰ ਉਹ ਚੌਧਰੀ ਭਾਈ ਲੰਗਾਹ ਦੀ ਲੱਕੜ ਦੀ ਲੱਤ ਨਾ ਦੇਵੇ, ਕਹਿੰਦਾ ਇੰਨੇ ਸਾਲ ਹੋ ਗਏ ਤੈਨੂੰ ਜਾਂਦਿਆਂ, ਤੇਰਾ ਗੁਰੂ ਤੇਰੀ ਲੱਤ ਵੀ ਠੀਕ ਨਹੀਂ ਕਰ ਸਕਿਆ। ਭਾਈ ਸਭ ਕਹਿਣ ਲੱਗੇ, ਸੱਚ ਇਹ ਵੇ ਕਿ ਮੈਂ ਕਦੀ ਲੱਤ ਬਾਰੇ ਸੋਚਿਆ ਹੀ ਨਹੀਂ, ਮੈਨੂੰ ਕਦੀ ਖਿਆਲ ਹੀ ਨਹੀਂ ਆਇਆ ਤੂੰ ਮੇਰੀ ਲੱਤ ਦੇ। ਜਦੋਂ ਕਾਫੀ ਸਮੇਂ ਬਾਅਦ ਉਹਨੇ ਵਿਸਾਖੀ ਵਾਪਸ ਕੀਤੀ, ਨਾਲੇ ਤੇ ਕਾਲੀ ਨਾਲ ਤੁਰਦੇ, ਨਾਲੇ ਮਨ ਵਿੱਚ ਆਖਦੇ ਮਨਾ, ਅੱਜ ਤੇ ਦੇਰ ਵੀ ਬੜੀ ਹੋ ਗਈ ਏ, ਸਾਹਿਬਾਂ ਨੇ ਪ੍ਰਸ਼ਾਦਾ ਛਕ ਲਿਆ ਹੋਣਾ। ਜਿਸ ਵੇਲੇ ਗੋਇੰਦਵਾਲ ਸਾਹਿਬ ਪਹੁੰਚਿਆ ਤੇ ਕੀ ਤੱਕਦੇ, ਧੰਨ ਗੁਰੂ ਅਮਰਦਾਸ ਮਹਾਰਾਜ ਪੰਗਤ ਵਿੱਚ ਬੈਠੇ ਨੇ, ਸੰਗਤਾਂ ਵੀ ਬੈਠੀਆਂ ਨੇ, ਹੈਰਾਨ ਹੋ ਗਿਆ ਇਹ ਦੇਖ ਕੇ ਕਿ ਸਾਹਿਬਾਂ ਨੇ ਹਾਲੇ ਤੱਕ ਪ੍ਰਸ਼ਾਦਾ ਨਹੀਂ ਛਕਿਆ। ਜਦੋਂ ਇਸ ਸਿੱਖ ਨੂੰ ਆਉਂਦਿਆਂ ਤੱਕਿਆ, ਸਤਿਗੁਰ ਪੁੱਛਦੇ ਨੇ, ਸਿੱਖਾਂ ਵੀ ਅੱਜ ਇੰਨੀ ਦੇਰ ਕਿਵੇਂ ਹੋ ਗਈ? ਮਨ ਵਿੱਚ ਆਖਦੇ ਮਨਾ, ਜੇ ਕਿਧਰੇ ਮਹਾਰਾਜ ਨੂੰ ਪਤਾ ਲੱਗ ਗਿਆ ਕਿ ਰਾਹ ਵਿੱਚ ਲੋਕ ਮੈਨੂੰ ਮਜ਼ਾਕਾਂ ਕਰਦੇ ਨੇ, ਕਿਧਰੇ ਮੇਰੀ ਸੇਵਾ ਨਾ ਚਲੀ ਜਾਏ। ਕਹਿੰਦੇ ਮਹਾਰਾਜ, ਬਸ ਅੱਜ ਘਰੋਂ ਤੁਰਦਿਆਂ ਦੇਰ ਹੋ ਗਈ। ਅੰਤਰਯਾਮੀ ਸਤਿਗੁਰ ਕਹਿਣ ਲੱਗੇ, ਨਹੀਂ ਤੂੰ ਕੁਝ ਲੁਕਾਨਾ ਪਿਆ। ਕਹਿਣ ਲੱਗਾ, ਨਹੀਂ ਮਹਾਰਾਜ। ਸਤਿਗੁਰ ਫਿਰ ਪੁੱਛਦੇ ਨੇ, ਪਿਆਰਿਆ ਓਏ ਦੱਸਦਾ ਕਿਉਂ ਨਹੀਂ, ਅੱਜ ਇੰਨੀ ਦੇਰ ਕਿਉਂ ਹੋਈ? ਓਏ ਜਿੰਨੀ ਦੇਰ ਤੱਕ ਤੂੰ ਦੱਸਦਾ ਨਹੀਂ, ਅਸਾਂ ਵੀ ਪ੍ਰਸ਼ਾਦਾ ਕੋਈ ਨਹੀਂ ਛਕਣਾ।
ਅੱਖਾਂ ਵਿੱਚ ਅਥਰੂ ਆ ਗਏ ਤੇ ਹੱਥ ਜੋੜ ਕੇ ਕਹਿੰਦਾ, ਮਹਾਰਾਜ ਅੱਜ ਰਾਹ ਵਿੱਚ ਆਉਂਦਿਆਂ ਚੌਧਰੀ ਨੇ ਮੇਰੀ ਲੱਕੜ ਖੋ ਲਈ ਤੇ ਮੈਨੂੰ ਮਿਹਣਾ ਮਾਰ ਕੇ ਕਹਿੰਦਾ, ਜੇ ਤੇਰਾ ਗੁਰੂ ਇੰਨਾ ਸਮਰੱਥ ਹੈ ਤੇ ਤੇਰੀ ਲੱਤ ਕਿਉਂ ਨਹੀਂ ਠੀਕ ਕਰ ਦਿੰਦਾ। ਜਿਸ ਵੇਲੇ ਉਹਨੇ ਇਹ ਗੱਲ ਕਹੀ ਤੇ ਧੰਨ ਗੁਰੂ ਅਮਰਦਾਸ ਸਹਿਜ ਸੁਭਾਵਕ ਕਹਿਣ ਲੱਗੇ, ਹੋਏ ਸਿੱਖਾ, ਓਏ ਅੱਜ ਤੋਂ ਬਾਅਦ ਤੂੰ ਲੱਕੜ ਦਾ ਸਹਾਰਾ ਨਹੀਂ ਲਏਗਾ, ਆਪਣੀਆਂ ਲੱਤਾਂ ਨਾਲ ਹੀ ਚੱਲ ਕੇ ਗੁਰੂ ਘਰ ਆਇਆ ਕਰੇਗਾ। ਸਤਸੰਗਤ ਬਚਨ ਤਾਂ ਗੁਰੂ ਅਮਰਦਾਸ ਮਹਾਰਾਜ ਨੇ ਕਰ ਦਿੱਤਾ, ਪਰ ਗੁਰੂ ਆਪਣੇ ਸੇਵਕ ਦੀ ਵਡਿਆਈ ਕਰਾਉਣਾ ਚਾਹੁੰਦਾ ਹੈ। ਗੋਇੰਦਵਾਲ ਸਾਹਿਬ ਦੇ ਨੇੜੇ ਇੱਕ ਫਕੀਰ ਰਹਿੰਦਾ ਸੀ ਜਿਹਦਾ ਨਾਮ ਇਤਿਹਾਸ ਵਿੱਚ ਸ਼ਾਹ ਹੁਸੈਨ ਲਿਖਿਆ ਹੈ। ਇਹ ਮਹਾਰਾਜ ਨਾਲ ਬੜਾ ਪਿਆਰ ਕਰਦਾ ਸੀ। ਸਾਹਿਬ ਕਹਿਣ ਲੱਗੇ, ਇੱਥੇ ਨੇੜੇ ਇੱਕ ਫਕੀਰ ਰਹਿੰਦਾ ਹੈ ਸ਼ਾਹ ਹੁਸੈਨ, ਤੂੰ ਉਹਦੇ ਕੋਲ ਚਲਾ ਜਾ, ਉਹ ਤੇਰੀ ਲੱਤ ਠੀਕ ਕਰੇਗਾ। ਇਹ ਸਿੱਖ ਜਦੋਂ ਉਸ ਫਕੀਰ ਕੋਲ ਗਿਆ ਤੇ ਸਤਸੰਗਤ, ਉਹ ਫਕੀਰ ਫਿੱਕਾ ਬੜਾ ਬੋਲਦਾ ਸੀ, ਗੁੱਸੇ ਨਾਲ ਬੋਲਦਾ ਸੀ। ਜਿੰਨੇ ਉਹਦੇ ਨੇੜੇ ਜਾਣਾ ਉਹਨੇ ਜੋ ਮੂੰਹ ਵਿੱਚ ਆਣਾ ਕਹਿ ਦੇਣਾ, ਛੱਡਣਾ ਕੁਝ ਨਾ। ਪਰ ਜਿਹੜਾ ਉਹਦੀ ਗੱਲ ਜਰ ਜਾਂਦਾ ਸੀ ਉਹ ਭਰ ਜਾਂਦਾ ਸੀ। ਭਾਈ ਲੰਗਾ ਉਹਦੇ ਕੋਲ ਗਏ, ਪੁੱਛਦੇ ਦੱਸ ਕਿਵੇਂ ਆਏ, ਰੁੱਖਾ ਜਿਹਾ ਬੋਲਿਆ। ਕਹਿੰਦੇ ਗੁਰੂ ਅਮਰਦਾਸ ਮਹਾਰਾਜ ਨੇ ਭੇਜੇ ਹੈ। ਕਹਿੰਦਾ ਕਾਹਦੇ ਲਈ ਭੇਜੇ ਹੈ? ਕਹਿਣ ਲੱਗਾ ਲੱਤ ਠੀਕ ਕਰਨ ਲਈ। ਗੁੱਸੇ ਨਾਲ ਕਹਿੰਦਾ ਵੀ ਮੈਂ ਕੋਈ ਵੈਦਾ ਮੇਰੇ ਕੋਲ ਭੇਜਦਾ? ਜਾ ਦੌੜ ਜਾ ਇੱਥੋਂ। ਉਹ ਸਿੱਖ ਕਹਿੰਦਾ ਮੈਨੂੰ ਸਤਿਗੁਰਾਂ ਨੇ ਭੇਜੇ ਹੈ, ਮੈਂ ਨਹੀਂ ਜਾਂਦਾ। ਕਹਿੰਦਾ ਨਹੀਂ ਜਾਂਦਾ? ਸਤਸੰਗਤ ਫਕੀਰ ਨੇ ਉਹਦੀ ਲੱਕੜ ਖੋ ਕੇ ਪੂਰੀ ਜ਼ੋਰ ਨਾਲ ਉਹਦੀ ਲੱਤ ਤੇ ਮਾਰੀ। ਐਸੀ ਗੁਰੂ ਅਮਰਦਾਸ ਮਹਾਰਾਜ ਨੇ ਕਿਰਪਾ ਕੀਤੀ, ਉਹਦੀ ਲੱਤ ਠੀਕ ਹੋ ਗਈ। ਜਦੋਂ ਸਿੱਖ ਦੌੜਨ ਲੱਗਾ ਤੇ ਪਿੱਛੋਂ ਆਵਾਜ਼ ਮਾਰ ਕੇ ਸ਼ਾਹ ਹੁਸੈਨ ਬੜੇ ਪਿਆਰ ਨਾਲ ਕਹਿੰਦਾ, ਉਹ ਸਿੱਖਾ ਮੇਰੀ ਗੱਲ ਸੁਣ ਜਾ। ਕਹਿੰਦਾ ਦੱਸ ਬਾਬਾ। ਸ਼ਾਹ ਹੁਸੈਨ ਕਹਿੰਦੇ, ਮਤਾਂ ਇਸ ਭੁਲੇਖੇ ਵਿੱਚ ਰਹੀ ਕਿ ਇਹ ਲੱਤ ਮੈਂ ਠੀਕ ਕੀਤੀ ਏ, ਇਹ ਲੱਤ ਮੈਂ ਨਹੀਂ ਠੀਕ ਕੀਤੀ, ਇਹ ਉਹਨੇ ਠੀਕ ਕੀਤੀ ਏ ਜਿਹੜਾ ਗੋਇੰਦਵਾਲ ਸਾਹਿਬ ਬੈਠਾ। ਯਾਦ ਰੱਖੀ ਉਹਦੇ ਚਰਨ ਕਦੀ ਨਾ ਛੱਡੀ ਤੇ ਮੇਰੇ ਵੱਲੋਂ ਮੱਥਾ ਟੇਕ ਕੇ ਕਹੀ ਕਿ ਕੰਮ ਸਾਰੇ ਆਪ ਕਰਨਾ ਤੇ ਸਿਹਰਾ ਮੇਰੇ ਸਿਰ ਬੰਨਣਾ, ਵਡਿਆਈ ਮੈਨੂੰ ਦੇਣਾ। ਸਤਸੰਗਤ ਇਤਨੇ ਦਿਆਲੂ ਨੇ ਗੁਰੂ ਅਮਰਦਾਸ ਮਹਾਰਾਜ। ਜਾਲਪ ਨਾਂ ਦਾ ਭੱਟ ਕਹਿੰਦਾ, ਜਿਹਨੇ ਗੁਰੂ ਅਮਰਦਾਸ ਪਿਤਾ ਦੇ ਦਰਸ਼ਨ ਕੀਤੇ, ਜਿਹਨੇ ਕੇਵਲ ਗੁਰੂ ਅਮਰਦਾਸ ਪਿਤਾ ਦਾ ਨਾਂ ਹੀ ਸੁਣ ਲਿਆ ਪਿਆਰ ਨਾਲ, ਇਸ ਧਰਤੀ ਤੇ ਕੀਤੇ ਹੋਏ ਉਹਦੇ ਸਾਰੇ ਗੁਨਾਹ ਮਾਫ ਹੋ ਜਾਂਦੇ ਨੇ। ਰਿੱਧੀਆਂ ਸਿੱਧੀਆਂ ਉਹਦੇ ਪੈਰਾਂ ਵਿੱਚ ਰੁਲਦੀਆਂ ਨੇ। ਜਨਮ ਮਰਨ ਦਾ ਡਰ ਮੁੱਕ ਜਾਂਦਾ, ਉਹ ਜੀਵਨ ਮੁਕਤ ਹੋ ਜਾਂਦਾ। ਇੱਕ ਬੇਨਤੀ ਕਰ ਦਈਏ ਸਤਸੰਗਤ, ਜਦੋਂ ਕਦੀ ਤੁਹਾਡਾ ਹੌਂਸਲਾ, ਤੁਹਾਡੀ ਹਿੰਮਤ ਜਵਾਬ ਦੇਣ ਲੱਗ ਜਾਏ, ਮਨ ਟੁੱਟਣ ਲੱਗ ਪਵੇ, ਅੱਖਾਂ ਵਿੱਚ ਅਥਰੂ ਭਰੇ ਹੋਣ, ਆਪਣੇ ਪਰਾਏ ਸਭ ਦੂਰ ਹੋ ਜਾਣ, ਜਦੋਂ ਮਨ ਨੂੰ ਲੱਗੇ ਕਿ ਕੋਈ ਹੋਰ ਸਹਾਰਾ ਨਹੀਂ, ਤਾਂ ਉਸ ਵੇਲੇ ਦੁਨੀਆਂ ਦਾ ਸਹਾਰਾ ਲੱਭਣ ਦੀ ਕੋਸ਼ਿਸ਼ ਨਾ ਕਰਨਾ, ਦੁਨੀਆਂ ਦੇ ਮਾਲਕ ਦਾ ਸਹਾਰਾ ਲੱਭਣ ਦੀ ਕੋਸ਼ਿਸ਼ ਕਰਨਾ। ਸਾਰੇ ਦਰਵਾਜ਼ੇ ਬੰਦ ਹੋ ਸਕਦੇ ਨੇ, ਲੇਕਿਨ ਪਰਮਾਤਮਾ ਦਾ ਦਰਵਾਜ਼ਾ ਕਦੀ ਬੰਦ ਨਹੀਂ ਹੁੰਦਾ।
ਸਭ ਸਾਥ ਦੇਣਾ ਛੱਡ ਸਕਦੇ ਨੇ, ਲੇਕਿਨ ਪਰਮਾਤਮਾ ਕਦੇ ਤੁਹਾਡਾ ਸਾਥ ਨਹੀਂ ਛੱਡੇਗਾ। ਕਿਸੇ ਹੋਰ ਨੂੰ ਤੁਹਾਡੇ ਤੇ ਤਰਸ ਆਵੇ ਨਾ ਆਵੇ, ਗੁਰੂ ਨੂੰ ਤਰਸ ਜ਼ਰੂਰ ਆਵੇਗਾ। ਕੋਈ ਤੁਹਾਡੀ ਦੇਖਭਾਲ ਕਰੇ ਭਾਵੇਂ ਨਾ ਕਰੇ, ਉਹ ਮਾਲਕ ਜ਼ਰੂਰ ਕਰੇਗਾ। ਉਹਦਾ ਸਹਾਰਾ ਸਭ ਤੋਂ ਵੱਡਾ। ਸਤਸੰਗਤ ਦੇਣ ਵੇਲੇ ਮਾਲਕ ਦੇ ਹੱਥ ਨਹੀਂ ਦਿਖਾਈ ਦਿੰਦੇ, ਪਰ ਉਹਦਾ ਦਿੱਤਾ ਹੋਇਆ ਝੋਲੀ ਵਿੱਚ ਜ਼ਰੂਰ ਨਜ਼ਰ ਆਉਂਦਾ। ਇਸ ਵਾਸਤੇ ਅਗਰ ਅਰਦਾਸ ਕਰਨੀ ਹੈ ਤੇ ਗੁਰੂ ਅੱਗੇ ਕਰੋ, ਜਿਹੜਾ ਸਭ ਦੀਆਂ ਅਰਦਾਸਾਂ ਸੁਣਦਾ। ਜੋ ਬਾਤ ਦਵਾ ਨਾ ਕਰ ਸਕੇ ਵੋ ਬਾਤ ਦੁਆ ਸੇ ਹੋਤੀ ਹੈ, ਜਬ ਕਾਮਲ ਮੁਰਸ਼ਿਦ ਮਿਲਤਾ ਹੈ ਤਬ ਬਾਤ ਖੁਦਾ ਸੇ ਹੋਤੀ ਹੈ। ਆਓ ਮਹਾਂਪੁਰਸ਼ਾਂ ਦੇ ਜੀਵਨ ਨੂੰ ਸਮਰਪਿਤ ਇੱਕ ਵਾਰ ਧੰਨ ਧੰਨ ਬਾਬਾ ਸਾਹਿਬ ਸਿੰਘ ਜੀ ਫੌੜੀ ਵਾਲੇ, ਉਹਨਾਂ ਦੀ ਯਾਦ ਵਿੱਚ ਸਾਰਿਆਂ ਨੇ ਉਹਨਾਂ ਦੇ ਚਰਨਾਂ ਵਿੱਚ ਹਾਜ਼ਰੀ ਲਗਵਾਉਣੀ ਹੈ। ਪਹਿਲੇ ਦਾਸ ਬੋਲਣਗੇ, ਫਿਰ ਸਾਰੀ ਸੰਗਤ। ਕਿਰਪਾ ਕਰੋ ਜੀ। ਅਸੀਂ ਹਕੂਕਰ ਜਿੰਨਾ ਤੇ ਕਰਦੇ ਉਹ ਦੁੱਖ ਕੱਟਦੇ ਸਾਰੇ, ਅਸੀਂ ਹਕੂਕਰ ਜਿੰਨਾ ਤੇ ਕਰਦੇ ਉਹ ਦੁੱਖ ਕੱਟਦੇ ਸਾਰੇ, ਧੰਨ ਧੰਨ ਬਾਬਾ ਸਾਹਿਬ ਸਿੰਘ ਜੀ ਤੁਸਾਂ ਦੇ ਚੋਜੇ ਆਰੇ, ਧੰਨ ਧੰਨ ਬਾਬਾ ਸਾਹਿਬ ਸਿੰਘ ਜੀ ਤੁਸਾਂ ਦੇ ਚੋਜੇ ਆਰੇ, ਜਿੰਨੀ ਦੁਨੀਆ ਤੁਸਾਂ ਨੇ ਤਾਰੀ ਨਹੀਂ ਪੁਰਾਣੇ ਤਾਰੇ, ਅਸੀਂ ਹੱਕ ਉੱਪਰ ਜਿੰਨਾ ਤੇ ਕਰਦੇ ਉਹ ਦੁੱਖ ਕੱਟਦੇ ਸਾਰੇ, ਬੋਲੋ ਅਸੀਂ ਹੱਕ ਉੱਪਰ ਜਿੰਨਾ ਤੇ ਕਰਦੇ। ਹਾਲੇ ਵੀ ਓਨੀ ਆਵਾਜ਼ ਨਹੀਂ ਆ ਰਹੀ ਸਤਸੰਗ ਜੀ, ਆਪਣੇ ਆਪਣੇ ਵੱਲੋਂ ਅਰਦਾਸ ਕਰੋ। ਦਾਤਾ ਚੰਗੇ ਆ ਮੰਦੇ ਆ ਜੈਸੇ ਵੀ ਹਾਂ ਤੇ ਤੇਰੇ, ਸਾਡੇ ਔਗਣਾ ਵੱਲ ਨਾ ਵੇਖ, ਸਾਡੇ ਸਿਰ ਤੇ ਵੀ ਆਪਣਾ ਮੇਰ ਭਰਿਆ ਹੱਥ ਰੱਖ, ਤਾਂ ਕਿ ਸਾਡੇ ਦੁੱਖ ਦਲਿੱਦਰ ਵੀ ਕੱਟੇ ਜਾਣ। ਤੋ ਆਓ ਇੱਕ ਵਾਰੀ ਦਾਸ, ਇੱਕ ਵਾਰੀ ਸਾਰੀ ਸੰਗਤ ਹਾਜ਼ਰੀ ਲਗਵਾਓ ਜੀ। ਅਸੀਂ ਹਕੂਕਰ ਜਿੰਨਾ ਤੇ ਕਰਦੇ ਦੁੱਖ ਕੱਟਦੇ ਸਾਰੇ, ਪੜੋ ਅਸੀਂ ਹਕੂਕਰ ਜਿੰਨਾ ਤੇ ਕਰਦੇ। ਧੰਨ ਧੰਨ ਬਾਬਾ ਸਾਹਿਬ ਸਿੰਘ ਜੀ ਤੁਸਾਂ ਦੇ ਚੋਜੇ ਨਿਆਰੇ, ਪੜੋ ਧੰਨ ਧੰਨ ਬਾਬਾ ਸਾਹਿਬ ਸਿੰਘ ਜੀ। ਜਿੰਨੀ ਦੁਨੀਆ ਤੁਸਾਂ ਦੇ ਤਾਰੀ ਨਹੀਂ ਅਪਰਾਂ ਦੇ ਤਾਰੇ, ਅਸੀਂ
ਚੋਜੇ ਨਿਆਰੇ
ਜਿੰਨੀ ਦੁਨੀਆ ਤੁਸਾਂ ਨੇ ਤਾਰੀ ਨਹੀਂ ਅੰਬਰਾਂ ਦੇ ਤਾਰੇ ਅਸੀਂ ਹਾਂ ਗੁਰ ਜਿੰਨਾ ਤੇ ਕਰਦੇ ਉਹ ਦੁੱਖ ਕੱਟਦੇ ਸੁਹਾਵੀ
ਕਹੂੰ ਤਬ ਕੀ ਸੁਨਤ ਹੋਤੀ ਸਭ।
ਪੁੱਤਰ ਨਾ ਹੋਤੇ ਗੁਰ ਗੋਬਿੰਦ ਸਿੰਘ। ਜਿਤਨੀ ਵੀ ਹੋ ਗੋਬਿੰਦ ਕੀ ਵੋ ਤਾਰੀਫ ਕਮ ਹੈ, ਜਿਤਨੀ ਵੀ ਹੋ ਗੋਬਿੰਦ ਕੀ ਵੋ ਤਾਰੀਫ ਕਮ ਹੈ, ਅਗਰ ਨਾ ਹੋਤੇ ਗੁਰ ਗੋਬਿੰਦ ਸਿੰਘ, ਅਗਰ ਨਾ ਹੋਤੇ ਗੁਰ ਗੋਬਿੰਦ ਸਿੰਘ। ਗੋਬਿੰਦ ਸਿੰਘ ਨਾਮ ਕਾ ਗਾਓ, ਚਿੜੀਆਂ ਸੇ ਮੈਂ ਬਾਜ ਤੁਨਾਓ, ਰਾਜਨ ਕੇ ਸੰਗ ਰੰਗ ਲੜਾਓ, ਰਾਜਨ ਕੇ ਸੰਗ ਰੰਗ ਲੜਾਓ, ਗਿੰਦੜੋ ਕੋ ਮੈਂ ਸ਼ੇਰ ਬਣਾਓ, ਅਗਰ ਨਾ ਹੋਤੇ ਗੁਰ ਗੋਬਿੰਦ ਸਿੰਘ, ਅਗਰ ਨਾ ਹੋਤੇ ਗੋਬਿੰਦ ਸਿੰਘ। ਦਸ਼ਮੇਸ਼ ਪਿਤਾ ਤੇਰੀ ਬਾਤ ਕਹੂ, ਜੋ ਤੂਨੇ ਪਰ ਉਪਕਾਰ ਕੀਏ ਉਸ ਮੁਲਕ ਵਤਨ ਕੀ ਖਿਦਮਤ ਮੇ, ਕਹੀਂ ਬਾਪ ਦੀਆ ਕਹੀਂ ਲਾਲ ਦੀਏ, ਅਗਰ ਨਾ ਹੋਤੇ ਗੁਰ ਗੋਬਿੰਦ ਸਿੰਘ, ਅਗਰ ਨਾ ਹੋਤੇ ਗੁਰ ਗੋਬਿੰਦ।